ਮੇਰੇ ਨਾਲ ਦੀ ਨਾਲ ਉਹਦੇ ਚਾਕੂ ਮਾਰੇ। ਉਹਦੀ ਮੌਤ ਹੋ ਗਈ। ਅਸੀਂ ਮੈਨੂੰ ਪਹਿਲਾਂ ਛੋਟਾ ਪਿਆਰ ਕਰਦੇ ਸੀ। ਵਿਦੇਸ਼ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਹੋਇਆ। ਦੱਸ ਦਈਏ ਕਿ ਸ਼ਰੇਆਮ ਸੜਕ ਦੇ ਉੱਤੇ ਚਾਕੂਆਂ ਦੇ ਨਾਲ ਉਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਕਿਹਾ ਜਾ ਰਿਹਾ ਕਿ ਚੰਗੇ ਭਵਿੱਖ ਦੇ ਲਈ ਇਹ ਨੌਜਵਾਨ ਪੰਜਾਬ ਤੋਂ ਮਨੀਲਾ ਦੇ ਵਿੱਚ ਗਿਆ ਸੀ ਅਤੇ ਉੱਥੇ ਆਪਣੇ ਭੈਣ ਅਤੇ ਜੀਜਾ ਦੇ ਨਾਲ ਰਹਿ ਰਿਹਾ ਸੀ। ਪਰ ਕਿਹਾ ਜਾ ਰਿਹਾ ਕਿ ਜਦੋਂ ਉਹ ਆਪਣੇ ਘਰ ਵਾਪਿਸ ਆ ਰਿਹਾ ਸੀ ਤਾਂ ਸ਼ਰੇਆਮ ਸੜਕ ਦੇ ਉੱਤੇ ਈ ਰਿਕਸ਼ੇ ਦੇ ਵਿੱਚ ਕੁਝ ਹਮਲਾਵਰ ਉਸਦਾ ਪਿੱਛਾ ਕਰਦੇ ਹੋਏ ਆਉਂਦੇ ਨੇ ਅਤੇ ਉਸਨੂੰ ਆ ਕੇ ਮੌਤ ਦੇ ਘਾਟ ਉਤਾਰ ਦਿੰਦੇ ਨੇ। ਚਾਕੂਆਂ ਦੇ ਨਾਲ ਬੜੀ ਬੇਰਹਿਮੀ ਨਾਲ ਹਮਲਾ ਕੀਤਾ ਜਾਂਦਾ ਉਸਦੇ ਉੱਤੇ। ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਇਹ ਇੱਕ ਚਲਦੀ ਸੜਕ ਸੀ ਮਨੀਲਾ ਦੀ, ਜਿਸ ਦੇ ਉੱਤੇ ਕਿਹਾ ਜਾ ਰਿਹਾ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਇਸ ਘਟਨਾ ਦੀ CCTV ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਦੇ ਉੱਤੇ ਕਈ ਨੌਜਵਾਨਾਂ ਦੇ ਵੱਲੋਂ ਮਿਲ ਕੇ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਪੰਜਾਬ ਤੋਂ ਮਨੀਲਾ ਦੇ ਵਿੱਚ ਚੰਗੇ ਭਵਿੱਖ ਦੇ ਲਈ ਗਏ ਅਵਤਾਰ ਸਿੰਘ ਦੀ ਮੌਤ ਹੋ ਗਈ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ 2016 ਦੇ ਵਿੱਚ ਇਹ ਚੰਗੇ ਭਵਿੱਖ ਦੇ ਲਈ ਗਿਆ ਸੀ ਅਤੇ 8 ਸਾਲਾਂ ਬਾਅਦ ਅੱਜ ਦੇ ਦਿਨ ਯਾਨੀ ਕਿ 20 ਮਾਰਚ ਨੂੰ ਇਸ ਨੌਜਵਾਨ ਨੇ ਆਪਣੇ ਪਿੰਡ ਆਉਣਾ ਸੀ। ਤਾਂ 17 ਮਾਰਚ ਨੂੰ ਕਿਹਾ ਜਾ ਰਿਹਾ ਕਿ ਇਸ ਨੌਜਵਾਨ ਨੂੰ ਚਾਕੂਆਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ, ਜੋ ਕਿ ਪੰਜਾਬ ਦੇ ਰਾਏਕੋਟ ਦਾ ਰਹਿਣ ਵਾਲਾ ਸੀ। 2016 ਦੇ ਵਿੱਚ ਇਹ ਮਨੀਲਾ 'ਚ ਚੰਗੇ ਭਵਿੱਖ ਦੇ ਲਈ ਗਿਆ ਸੀ। 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਹੁਣ ਇਹ ਨੌਜਵਾਨ ਆਪਣੇ ਪਿੱਛੇ ਆਪਣੀ ਵਿਧਵਾ ਮਾਂ ਨੂੰ ਇਕੱਲਾ ਹੀ ਛੱਡ ਗਿਆ। ਤਾਂ ਦੱਸ ਦਈਏ ਕਿ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਨੂੰ ਸ਼ਰੇਆਮ ਵਿਦੇਸ਼ ਦੇ ਵਿੱਚ ਮੌਤ ਦੇ ਘਾਟ ਉਤਾਰਿਆ, ਚਾਕੂਆਂ ਦੇ ਨਾਲ ਉਸਦੇ ਉੱਤੇ ਹਮਲਾ ਕੀਤਾ ਗਿਆ। ਹਾਲਾਂਕਿ ਕਿਹਾ ਜਾ ਰਿਹਾ ਕਿ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ਼ ਦੀ ਗੁਹਾਰ ਜੋ ਹੈ ਉਹ ਲਗਾਈ ਜਾ ਰਹੀ ਹੈ। ਇਹ ਸਾਡੇ ਬੂਟਾ ਸਿੰਘ ਜੀ ਦਾ ਬੇਟਾ ਅਵਤਾਰ ਸਿੰਘ ਜੀ 2016 ਦੇ ਵਿੱਚ ਮਨੀਲਾ ਦੇ ਵਿੱਚ ਰੋਜ਼ੀ ਰੋਟੀ ਵਾਸਤੇ ਗਿਆ ਸੀ। ਪਿਤਾ ਜੀ ਦੀ ਪਹਿਲਾਂ ਡੈਥ ਹੋ ਗਈ ਸੀ। 3 ਭੈਣਾਂ ਦਾ ਇਕੱਲਾ ਭਰਾ ਸੀ ਜੀ। ਸੋ ਮਾਤਾ ਜੀ ਇੱਥੇ ਰਹਿ ਰਹੇ ਸਨ ਨਗਰ ਦੇ ਵਿੱਚ ਅਤੇ ਕੱਲ੍ਹ ਨੂੰ 20 ਮਾਰਚ ਨੂੰ ਉਹਨੇ ਵਾਪਸ ਆਉਣਾ ਸੀ, ਪਰ ਉੱਥੇ ਮਨੀਲਾ ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਹਮਲਾਵਾਰਾਂ ਵੱਲੋਂ ਉਹਦੇ ਵਿੱਚ ਕਰਚਾ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤੋ ਪਹਿਲਾਂ ਵੀ ਸਰਪੰਚ ਸਾਹਿਬ ਨੇ ਆਪ ਜੀ ਨੂੰ ਦੱਸਿਆ ਹੈ ਕਿ ਸਰਕਾਰਾਂ ਤੋਂ, ਪੰਜਾਬ ਸਰਕਾਰਾਂ ਤੋਂ ਅਤੇ ਸੈਂਟਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ, ਜਿਹੜੇ ਸਾਡੇ ਬੱਚੇ ਇੱਥੇ ਪੜ੍ਹ ਲਿਖ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਉਹਨਾਂ ਦੀ ਸੁਰੱਖਿਆ ਵੀ ਜ਼ਰੂਰੀ ਹੈ। ਜੇਕਰ ਇੱਥੇ ਹੀ ਉਹਨਾਂ ਨੂੰ ਰੁਜ਼ਗਾਰ ਮਿਲੇ ਅਤੇ ਪੜ੍ਹ ਲਿਖ ਕੇ ਇੱਥੇ ਸੋਹਣਾ ਰੁਜ਼ਗਾਰ ਮਿਲੇ ਤਾਂ ਸਾਡੇ ਬੱਚੇ ਵਿਦੇਸ਼ਾਂ ਵਿੱਚ ਕਿਉਂ ਜਾਣ। ਇਸ ਕਰਕੇ ਸਰਕਾਰਾਂ ਤੋਂ ਮੰਗ ਹੈ ਕਿ ਜੋ ਬੱਚੇ ਸਾਡੇ ਵਿਦੇਸ਼ਾਂ ਵਿੱਚ ਜਾਂਦੇ ਨੇ, ਚਾਹੇ ਕੈਨੇਡਾ, ਚਾਹੇ ਅਮਰੀਕਾ, ਚਾਹੇ ਮਨੀਲਾ, ਸੋ ਸਾਡੇ ਬੱਚਿਆਂ ਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ। ਸੋ ਇਹ ਮਾਤਾ ਦਾ ਇਕੱਲਾ ਇਕੱਲਾ ਪੁੱਤਰ ਸੀ, ਸੋ ਜ਼ਿਮੀਂਦਾਰ ਪਰਿਵਾਰ ਵਿੱਚੋਂ ਸੀ, ਕਿਰਤੀ ਪਰਿਵਾਰ ਸੀ। ਸੋ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਇਨਸਾਫ਼ ਦਵਾਇਆ ਜਾਵੇ। ਸੋ ਇਹੀ ਬੇਨਤੀ ਕਰਦੇ ਹਾਂ। ਸੋ ਸੰਗਤਾਂ ਪਹੁੰਚੀਆਂ ਨੇ, ਸਰਪੰਚ ਸਾਹਿਬ ਪਹੁੰਚੇ ਨੇ ਦੁੱਖ ਸਾਂਝਾ ਕਰਨ ਵਾਸਤੇ, ਅਤੇ ਸਰਕਾਰ ਇਸ ਬਾਰੇ ਵੀ ਧਿਆਨ ਜ਼ਰੂਰ ਦੇਵੇ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੁਖਦੇਵ ਸਿੰਘ ਹੈ ਜੀ, ਪਿੰਡ ਰਾਮਗੜ੍ਹ ਸਿਵੀਆਂ। ਸਰਪੰਚ? ਹਾਂਜੀ, ਮੇਰੇ ਵਾਈਫ ਸਰਪੰਚ ਹੈ ਹਰਬੰਸ ਕੌਰ।
ਅੱਛਾ ਸਰਪੰਚ ਸਾਹਿਬ, ਆਪਣੇ ਪਿੰਡ ਦੇ ਨੌਜਵਾਨ ਦੀ ਕੋਈ ਮਰਡਰ ਦੀ ਗੱਲ ਆਈ ਹੈ, ਕੀ ਘਟਨਾ? ਹਾਂਜੀ, ਇਹ ਘਟਨਾ ਇਸ ਤਰ੍ਹਾਂ ਜੀ, ਮਤਲਬ ਇਹ ਅਵਤਾਰ ਸਿੰਘ ਨਾਮ ਦਾ ਨੌਜਵਾਨ ਵਿਅਕਤੀ ਸੀਗਾ, ਤਿੰਨਾਂ ਭੈਣਾਂ ਦਾ ਇਕੱਲਾ ਭਰਾ ਸੀਗਾ। ਤਕਰੀਬਨ 2016 ਦੇ ਵਿੱਚ ਰੋਜ਼ੀ ਰੋਟੀ ਕਮਾਉਣ ਵਾਸਤੇ ਆਪਦੇ ਮਨੀਲਾ ਸ਼ਹਿਰ ਦੇ ਕਿਸੇ ਲਾਗੇ ਸਾਗੇ ਕੰਮ 'ਤੇ ਗਿਆ ਹੋਇਆ ਸੀ। ਜਾ ਕੇ 8 ਸਾਲ ਉਹਨੇ ਵਾਪਸ ਆਉਣਾ ਸੀ। ਤਕਰੀਬਨ 20 ਤਰੀਕ ਨੂੰ ਸੁਣਿਆ ਵੀ 20 ਤਰੀਕ ਨੂੰ ਉਹਨੇ ਵਾਪਸ ਆਉਣਾ ਸੀਗਾ, ਪਰ ਅਣਹੋਣੀ ਇਸ ਤਰ੍ਹਾਂ ਦੀ ਵਿਚਾਰੇ ਨਾਲ ਘਟਨਾ ਵਾਪਰੀ ਕਿ ਉਹ ਕਿਰਚਾ ਮਾਰ ਕੇ ਹਮਲਾਵਰਾਂ ਨੇ ਉਹਨੂੰ ਉੱਥੇ ਢਾਹ ਢੇਰੀ ਕਰਤਾ। ਅਤੇ ਮਾਤਾ ਦਾ ਇਕਲੌਤਾ ਬੇਟਾ ਸੀ। ਸਾਰੇ ਪਿੰਡ ਨੂੰ ਇਸ ਦੀ ਮਤਲਬ ਬੜੀ ਦੁਖਦਾਈ ਘਟਨਾ। ਕਿੰਨੀ ਕੁ ਉਮਰ ਸੀ ਇਹਦੀ? ਇਹਦੀ ਉਮਰ 34-35 ਸਾਲ, ਹਜੇ ਕੁਆਰਾ ਸੀ, ਵਿਆਹਿਆ ਨਹੀਂ ਸੀ, ਤਿੰਨਾਂ ਭੈਣਾਂ ਤੋਂ ਛੋਟਾ ਭਰਾ ਸੀ, ਅਤੇ ਸ਼ਾਇਦ ਹੁਣ ਖੁਸ਼ੀਆਂ ਵਿੱਚ ਹੀ ਰਹਿ ਗਈਆਂ ਮਾਤਾ ਪਿਤਾ ਦੀਆਂ। ਪਿਤਾ ਦੀ ਵੀ ਡੈਥ ਹੋ ਚੁੱਕੀ ਹੈ ਜੀ ਪਹਿਲਾਂ। ਅੱਛਾ, ਮਤਲਬ ਗਰੀਬ ਇਹੀ ਆ ਪਰਿਵਾਰ? ਮਾਤਾ ਹੀ ਰਹਿ ਰਹੇ ਇਕੱਲੇ ਘਰ ਦੇ ਵਿੱਚ। ਅੱਛਾ, ਪਰਿਵਾਰ ਦਾ ਪਾਲਣ ਪੋਸ਼ਣ ਦਾ ਜ਼ਿੰਮਾ ਸਾਰਾ? ਬਹੁਤ ਔਖਾ ਜੀ, ਬੜਾ ਵਿਚਾਰੇ ਨੇ, ਉਹਨੇ ਰੋਜ਼ੀ ਰੋਟੀ ਵਾਸਤੇ ਗਿਆ ਸੀ। ਕੀ ਘਟਨਾ, ਕਿਉਂ ਇਸ ਤਰ੍ਹਾਂ ਦੀ ਕੀ ਵਾਪਰੀ, ਕੋਈ ਸਾਹਮਣੇ ਹੀ ਗੱਲ ਇਹ ਕੋਈ ਹਜੇ ਸਾਹਮਣੇ ਨਹੀਂ ਆਈ ਜੀ। ਇਹ ਤਾਂ ਹੁਣ ਉੱਥੇ ਦਵਲ ਦੀ ਸਿਸਟਰ ਵੈਸੇ ਰਹਿ ਰਹੀ ਹੈ, ਉੱਥੇ ਭੈਣ ਬਣੋਈਆ, ਉਹ ਦੱਸਣਗੇ, ਸਾਡਾ ਉਹਨਾਂ ਨੂੰ ਕੋਈ ਸੰਪਰਕ ਨਹੀਂ ਹੋਇਆ। ਜਦੋਂ ਸੰਪਰਕ ਹੋਊਗਾ ਫਿਰ ਦੱਸਿਆ ਜਾਊਗਾ ਜੀ। ਸੰਸਕਾਰ ਉੱਥੇ ਕਰ ਦਿੱਤਾ ਗਿਆ। ਅੱਛਾ, ਹਾਂਜੀ, ਹੁਣ ਕਹਿ ਰਿਹਾ ਕਿ ਉਹਨਾਂ ਦੀਆਂ ਜਿਹੜੀਆਂ ਫੁੱਲ ਅਸਥੀਆਂ ਉਹ ਇੱਥੇ ਲੈ ਕੇ ਆਉਣਗੇ, ਉਦੋਂ ਬਾਅਦ ਜਿਹੜੀ ਇੱਥੋਂ ਦੀ ਹੈਗੀ ਮਰਿਆਦਾ ਉਹ ਕਰੀ ਜਾਊਗੀ ਉਹਨਾਂ ਨੂੰ। ਮਤਲਬ 8 ਸਾਲਾਂ ਬਾਅਦ ਉਹਨੇ 20 ਮਾਰਚ ਨੂੰ ਪਰਸ ਕੱਲ੍ਹ ਨੂੰ ਇੱਥੇ ਇੰਡੀਆ ਆਉਣਾ ਸੀਗਾ, ਪਰ 17 ਮਾਰਚ ਤੁਸੀਂ ਕਹਿ ਰਹੇ ਬੋਲਦੇ ਘਟਨਾ ਵਾਪਰ ਜਾਂਦੀ। ਇਸ ਤਰ੍ਹਾਂ ਜਿਹੜੀਆਂ ਜਦੋਂ ਬਹੁਤ ਅਣਹੋਣੀਆਂ ਘਟਨਾਵਾਂ ਵਾਪਰਦੀਆਂ ਨੇ, ਤੁਸੀਂ ਕੀ ਸਰਕਾਰਾਂ ਤੋਂ ਮੰਗ ਕਰਦੇ ਹੋ? ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਹਾਂ ਜੀ ਵੀ ਜਿਹੜੇ ਹੁਣ ਇੱਧਰ ਰੋਜ਼ੀ ਰੋਟੀ ਕਮਾਉਣ ਵਾਸਤੇ ਜੇ ਕੋਈ ਜਾਂਦਾ ਆਪਦਾ ਹੀਲੇ ਵਸੀਲੇ ਵਾਸਤੇ, ਤਾਂ ਉਹਨਾਂ ਦੀ ਕੋਈ ਸੁਰੱਖਿਆ ਹੋਣੀ ਚਾਹੀਦੀ ਹੈ ਜੀ, ਅੱਤ ਜ਼ਰੂਰੀ ਚਾਹੀਦੀ। ਹੁਣ ਕੀ ਉਹਨਾਂ ਦਾ ਉੱਥੇ ਜਦੋਂ ਕੋਲ ਕੋਈ ਹੈ ਨਹੀਂ ਸੀਗਾ, ਕੀ ਘਟਨਾ ਵਾਪਰੀ ਜੀ, ਹੁਣ ਉਹ ਤਾਂ ਵਾਹਿਗੁਰੂ ਹੀ ਜਾਣਦਾ ਜੀ। ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ, ਸੈਂਟਰ ਸਰਕਾਰ ਤੋਂ ਵੀ ਮੰਗ ਕਰਦੇ ਹਾਂ, ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਜੀ, ਜੋ ਕੋਈ ਬਣਦਾ ਉਹਨਾਂ ਨੂੰ ਕਿਹਾ ਜਾਵੇ, ਮਤਲਬ ਵੀ ਉਹਦਾ ਕੋਈ ਘਰ ਦੇ ਪਰਿਵਾਰ ਬਾਰੇ ਸੋਚਿਆ ਜਾਵੇ ਜੀ। ਮਾਤਾ ਇਕੱਲੇ ਆ, ਮੁਆਵਜ਼ੇ ਦੀ ਮੰਗ ਕਰਦੇ। ਹਾਂਜੀ।